ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਅਮਿਤ ਅਤੇ ਸਭ ਦਾ ਪਾਠਸ਼ਾਲਾ ਦੇ ਬਹੁਤ ਬਹੁਤ ਸਵਾਗਤ ਕਰਦਾ। ਅੱਜ 7 ਅਕਤੂਬਰ ਹੈ, ਹੋ ਚੁੱਕੀ ਹੈ, ਅਤੇ 6 ਅਤੇ 7 ਅਕਤੂਬਰ ਦੇ ਕਰੰਟ ਅਫੇਅਰਸ ਆਪਾਂ ਸਾਰਿਆਂ ਨੂੰ ਲੈ ਕੇ ਆਏ ਹਾਂ, ਬਹੁਤ ਹੀ ਇੰਟਰਸਟਿੰਗ ਰਹਿਣ ਵਾਲੇ ਨੇ। ਟੀਚਰਸ ਡੇ ਜਿਹੜਾ ਸੀਗਾ ਉਹ ਪਿੱਛੇ 5 ਅਕਤੂਬਰ ਦਾ ਸੀ, ਆਪਾਂ ਕਰਵਾਉਣਾ ਰਹਿ ਗਿਆ ਕਿਉਂਕਿ 5 ਸਪਟੰਬਰ ਦਾ ਟੀਚਰ ਡੇ ਹੁੰਦਾ, ਲੇਕਿਨ ਇਹ ਟੀਚਰ ਡੇ ਹੁੰਦਾ ਜੀ ਵਰਲਡ ਟੀਚਰਸ ਡੇ। ਸੋ ਦੁਨੀਆ ਦੇ ਉੱਤੇ ਜਿੰਨੇ ਵੀ ਟੀਚਰਸ ਨੇ ਉਹਨਾਂ ਸਾਰਿਆਂ ਲਈ ਇਹ ਦਿਨ ਮਨਾਇਆ ਜਾਂਦਾ, ਠੀਕ ਹੈ। ਸੋ ਜਿੰਨੇ ਵੀ ਟੀਚਰਸ ਨੇ ਮੈਨੂੰ ਸੁਣ ਰਹੇ ਹੋਣਗੇ ਤਾਂ ਉਹਨਾਂ ਨੂੰ ਬਹੁਤ ਬਹੁਤ ਪ੍ਰਣਾਮ, ਪਹਿਲਾਂ ਤਾਂ ਬਹੁਤ ਬਹੁਤ ਕੰਗਰੈਚੁਲੇਟ, ਠੀਕ ਹੈ। ਸੋ ਦੂਜੀ ਗੱਲ ਆਪਾਂ ਗੱਲ ਕਰਦੇ ਹਾਂ ਜੀ, ਸਾਡੇ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਜੈਸ਼ੰਕਰ ਸਾਹਿਬ, ਉਹ ਰੀਸੈਂਟਲੀ ਪਾਕਿਸਤਾਨ ਗਏ ਸੀ। ਸੋ ਪਾਕਿਸਤਾਨ ਗਏ ਉਹ ਕਿਉਂ ਗਏ, ਠੀਕ ਹੈ, ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਆਪਣੇ ਜਿਹੜੇ ਇੰਡੀਆ ਦੇ ਜਿਹੜੇ ਲੀਡਰਸ ਨੇ ਉਹ ਪਾਕਿਸਤਾਨ ਨਹੀਂ ਜਾਂਦੇ, ਲੇਕਿਨ ਕਿਸੇ ਖਾਸ ਵਜ੍ਹਾ ਕਰਕੇ ਗਏ ਸੀ, ਇਹਦਾ ਵੀ ਜ਼ਿਕਰ ਆਊਗਾ ਜੀ ਨਿਊਜ਼ ਦੇ ਵਿੱਚ। ਤੀਜੀ ਇੰਪੋਰਟੈਂਟ ਨਿਊਜ਼ ਅੱਜ ਦੀ ਆਜੂਗੀ ਜੀ, ਸਾਡੇ ਪ੍ਰਧਾਨ ਮੰਤਰੀ ਦੇ ਨਾਲ ਜਿਹੜੇ ਸਾਡੇ ਪ੍ਰੈਜ਼ੀਡੈਂਟ ਸਾਹਿਬ, ਸੋ ਸਾਡੇ ਪ੍ਰੈਜ਼ੀਡੈਂਟ ਸਾਹਿਬ ਦ੍ਰੌਪਦੀ ਮੁਰਮੂ ਜੀ, ਅਤੇ ਉਹਨਾਂ ਨੇ ਕੀ ਕੀਤਾ ਜੀ, ਬੇਸਿਕਲੀ ਜਿਹੜੇ ਵੀ ਬ੍ਰਹਮ ਕੁਮਾਰੀਜ਼ ਹੁੰਦੇ ਨੇ ਸਾਡੇ, ਸੋ ਸਤਿਕਾਰਯੋਗ ਬ੍ਰਹਮ ਕੁਮਾਰੀਜ਼, ਉਹਨਾਂ ਨੂੰ ਬਹੁਤ ਬਹੁਤ ਪ੍ਰਣਾਮ, ਕਿਉਂਕਿ ਉਹ ਬਹੁਤ ਵੱਡੇ ਲੈਵਲ 'ਤੇ ਜਾ ਚੁੱਕੇ ਨੇ ਪੀਸ ਦੇ ਵਿੱਚ, ਸ਼ਾਂਤੀ ਬਣਾਈ ਰੱਖਣ ਦੇ ਵਿੱਚ, ਠੀਕ ਹੈ। ਉਹਨਾਂ ਨਾਲ ਰਿਲੇਟ ਕੀਤਾ, ਉਹਨਾਂ ਨਾਲ ਮੀਟਿੰਗਸ ਕੀਤੀਆਂ, ਤਾਂ ਉਹ ਮੀਟਿੰਗ ਕਿਸ ਤਰੀਕੇ ਦੀ ਸੀਗੀ, ਕੀ ਚੀਜ਼ ਸੀ, ਉਹਦੇ ਵਿੱਚ ਆਪਾਂ ਸਾਰਾ ਡਿਸਕਸ ਕਰਨ ਵਾਲੇ ਹਾਂ, ਅਤੇ ਨਾਲ ਦੀ ਨਾਲ ਬਹੁਤ ਸਾਰੇ MCQs ਵੀ ਕਵਰ ਕਰਾਂਗੇ, ਅਤੇ ਤੁਹਾਡੇ ਇਸ ਲਈ ਕੁਐਸਚਨ ਆਫ ਦਾ ਡੇ ਵੀ ਹੋਊਗਾ। ਅਤੇ ਸਭ ਤੋਂ ਪਹਿਲਾਂ ਤੁਹਾਡੇ ਲਈ ਇੱਕ ਛੋਟੀ ਜਿਹੀ ਗੱਲ ਇਹ ਹੈ ਕਿ 6 ਅਕਤੂਬਰ ਨੂੰ 21 ਅੱਸੂ ਸੀਗਾ, ਲੇਕਿਨ ਅੱਜ 7 ਅਕਤੂਬਰ ਹੈ, ਤਾਂ 7 ਨੂੰ ਕੀ ਹੋਜੂਗਾ ਜੀ, 22 ਅੱਸੂ। ਕਹਿਣ ਦਾ ਮਤਲਬ ਅੱਜ ਕਿਹੜਾ ਜੀ, ਅੱਜ 22 ਅੱਸੂ ਹੈ, ਠੀਕ ਹੈ। ਸੋ ਗੱਲ ਇੰਪੋਰਟੈਂਟ ਹੈ, ਯਾਦ ਰੱਖ ਲਿਓ। ਨੈਕਸਟ ਹੈਗਾ ਮੋਟੀਵੇਸ਼ਨ ਕੋਟ, ਵੈਨ ਵੀ ਸਟ੍ਰਾਈਵ ਟੂ ਬਿਕਮ ਬੈਟਰ ਦੈਨ ਵੀ ਆਰ, ਐਵਰੀਥਿੰਗ ਅਰਾਊਂਡ ਅਸ ਬਿਕਮ ਬੈਟਰ ਟੂ। ਕਹਿੰਦਾ ਜਦੋਂ ਸਾਡੇ ਅਸੀਂ ਜਿਵੇਂ ਦੇ ਹੈਗੇ ਹਾਂ ਇਸ ਤੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜਿਹੜਾ ਵੀ ਸਾਡਾ ਆਲਾ ਦੁਆਲਾ ਹੈ ਉਹ ਵੀ ਆਪਣੇ ਆਪ ਆਟੋਮੈਟਿਕਲੀ ਬਿਹਤਰ ਬਣ ਜਾਂਦਾ ਹੈ। ਤਾਂ ਯਾਦ ਰੱਖਿਓ, ਇਹ ਚੀਜ਼ ਬੜੀ ਗੱਲ ਪਤੇ ਦੀ ਹੈ, ਠੀਕ ਹੈ। ਸੋ ਡਿਸਕਸ਼ਨ ਆਫ ਦਾ ਲਾਸਟ ਦੇ ਕੁਐਸਚਨ, ਲਾਸਟ ਦੇ ਜਿਹੜਾ ਆਪਾਂ ਕੁਐਸਚਨ ਕਵਰ ਕੀਤਾ ਸੀ ਉਹ ਸੀ ਜੀ ਨੇਮ ਆਫ ਦਾ ਮਿਸ਼ਨ। ਤੁਸੀਂ ਨਾਮ ਦੱਸਣਾ ਸੀ ਮਿਸ਼ਨ ਦਾ, ਜਿਹੜਾ ਕਿ ਮਿਨਿਸਟਰੀ ਆਫ ਪੋਰਟ ਸ਼ਿਪਿੰਗ ਐਂਡ ਵਾਟਰਵੇਜ਼ ਨੇ ਲਾਂਚ ਕੀਤਾ ਸੀ ਕਰੂਜ਼ ਟੂਰਿਜ਼ਮ ਨੂੰ ਸਟਾਰਟ ਕਰਨ ਵਾਸਤੇ। ਸੋ ਇੰਡੀਆ ਦੇ ਵਿੱਚ ਕਰੂਜ਼ ਸਿਸਟਮ ਹੈ ਜਿਹੜਾ, ਉਹਦੇ ਪੈਸੈਂਜਰਸ ਨੇ ਉਹਨੂੰ ਡਬਲ ਕਰਨ ਵਾਸਤੇ ਇਹ ਚੀਜ਼ ਸਟਾਰਟ ਕੀਤੀ ਗਈ ਸੀਗੀ, ਸਾਡੇ ਯੂਨੀਅਨ ਮਿਨਿਸਟਰ ਸਰਬਾਨੰਦਾ ਸੋਨੋਵਾਲ ਦੁਆਰਾ। ਮਿਸ਼ਨ ਦਾ ਨਾਮ ਸੀ ਜੀ ਕਰੂਜ਼ ਭਾਰਤ ਮਿਸ਼ਨ। ਸੋ ਇਹ ਬਹੁਤ ਇੰਪੋਰਟੈਂਟ ਹੈ, ਮੁੰਬਈ ਪੋਰਟ ਦੇ ਵਿੱਚ ਇਹ ਚੀਜ਼ ਹੈ ਲਾਂਚ ਕੀਤੀ ਗਈ ਸੀ, ਇਹ ਵੀ ਚੀਜ਼ ਦਾ ਧਿਆਨ 'ਚ ਰੱਖਣ ਵਾਲੀ। ਸੋ ਇਹ ਸੀਗਾ ਅੱਜ ਦਾ ਆਂਸਰ, ਅਤੇ ਨੈਕਸਟ ਚੱਲਦੇ ਹਾਂ ਜੀ ਵਰਲਡ ਟੀਚਰਸ, ਵਿਸ਼ਵ ਅਧਿਆਪਕ ਦਿਵਸ ਜਿਹੜਾ ਕਿ ਹੈਗਾ ਜੀ 5 ਅਕਤੂਬਰ ਨੂੰ ਸੈਲੀਬ੍ਰੇਟ ਕਰਦੇ ਹਾਂ ਆਪਾਂ ਵਿਸ਼ਵ ਲੈਵਲ ਦੇ ਉੱਤੇ। ਇਨਵੈਲਿਊਏਬਲ ਕੰਟਰੀਬਿਊਸ਼ਨ ਟੂ ਦਾ ਐਜੂਕੇਟਰਸ, ਜਿਹੜੇ ਵੀ ਸਾਡੇ ਪੜ੍ਹਾਉਣ ਵਾਲੇ ਟੀਚਰਸ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕੀ ਕੰਟਰੀਬਿਊਟ ਕੀਤਾ, ਜਿਹਦੀ ਵੈਲਿਊ ਖਤਮ ਹੋਣ ਦੇ ਤਦਾਰ ਹੋ ਹੀ ਨਹੀਂ ਸਕਦੀ, ਮਤਲਬ ਖਤਮ ਹੀ ਨਹੀਂ ਹੋ ਸਕਦੀ, ਜਿਹਦੀ ਵੈਲਿਊ ਬਹੁਤ ਤਗੜੀ ਵੈਲਿਊ ਹੈ, ਅਤੇ ਪੂਰੀ ਦੁਨੀਆਂ ਦੇ ਵਿੱਚ ਜਿੰਨੇ ਵੀ ਲੋਕ ਨੇ ਉਹਨਾਂ ਲਈ ਟੀਚਰਸ ਨੇ ਜਿਹੜੇ ਉਹ ਸਭ ਤੋਂ ਅਹੁਦਾ ਉੱਚਾ ਹੁੰਦਾ ਹੈ। 2024 ਦੀ ਜਿਹੜੀ ਥੀਮ ਹੈ ਉਹ ਹੈਗੀ ਹੈ ਵੈਲਿਊਇੰਗ ਟੀਚਰਸ ਵੋਇਸ, ਅਤੇ ਅਧਿਆਪਕ ਦੀ ਆਵਾਜ਼ਾਂ ਦੀ ਕਦਰ ਕਰਨਾ। ਸੋ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ, ਜਿੰਨੇ ਵੀ ਤੁਹਾਡੇ ਟੀਚਰਸ ਹੁੰਦੇ ਨੇ ਜਿਹੜੇ ਵੀ ਤੁਹਾਨੂੰ ਦੱਸ ਰਹੇ ਨੇ ਕੁਛ, ਤਾਂ ਉਹਨੂੰ ਹਮੇਸ਼ਾ ਧਿਆਨ ਨਾਲ ਸੁਣਿਆ ਕਰੋ। ਉਹਨਾਂ ਦਾ ਪਰਸਪੈਕਟਿਵ ਇਹ ਨਹੀਂ ਹੁੰਦਾ ਕਿ ਹਮੇਸ਼ਾ ਤੁਹਾਡੇ ਤੋਂ ਕੋਈ ਗਲਤ ਕੰਸੈਪਟ ਹੁੰਦਾ, ਮਤਲਬ ਕਿ ਹਮੇਸ਼ਾ ਉਹਨਾਂ ਦਾ ਜਿਹੜਾ ਮੋਟਿਵ ਹੁੰਦਾ ਉਹ ਤੁਹਾਨੂੰ ਇੱਕ ਵਧੀਆ ਇਨਸਾਨ ਬਣਾਉਣਾ ਹੁੰਦਾ, ਇੱਕ ਸਕਸੈਸਫੁਲ ਇਨਸਾਨ ਬਣਾਉਣਾ ਹੁੰਦਾ।
ਅੱਜ ਦੀ ਗੱਲ ਹਮੇਸ਼ਾ ਐਂਡ ਤੱਕ ਯਾਦ ਰੱਖਿਓ, ਟੀਚਰ ਦਾ ਕੋਈ ਹੋਰ ਮੋਟਿਵ ਨਹੀਂ ਹੁੰਦਾ, ਠੀਕ ਹੈ, ਚਾਹੇ ਉਹ ਝੜਕਦਾ ਚਾਹੇ ਗਾਣਾ ਦਿੰਦਾ, ਉਹਦੇ ਪਿੱਛੇ ਕਨਸੈਪਟ ਜਿਹੜਾ ਉਹ ਰੀਜ਼ਨ ਹੈ ਉਹ ਕੁਛ ਹੋਰ ਹੁੰਦਾ, ਠੀਕ ਹੈ। ਸੋ EAM ਐਕਸਟਰਨਲ ਅਫੇਅਰ ਮਿਨਿਸਟਰ ਸਾਡੇ ਜੈਸ਼ੰਕਰ ਸਾਹਿਬ ਉਹ ਪਾਕਿਸਤਾਨ ਵਿਜ਼ਿਟ ਕਰਨਗੇ SCO ਦੀ ਮੀਟਿੰਗ। ਸੋ SCO ਦੀ ਮੀਟਿੰਗ ਜੋ ਕਿ 9 ਸਾਲ ਬਾਅਦ ਪਾਕਿਸਤਾਨ ਜਾ ਰਹੇ ਨੇ ਸਾਡੇ ਜੈਸ਼ੰਕਰ ਸਾਹਿਬ, SCO ਦੀ ਮੀਟਿੰਗ ਉੱਥੇ ਹੋ ਰਹੀ ਹੈ ਕਿਉਂਕਿ ਉਹ ਹੋਸਟ ਕਰ ਰਹੇ ਨੇ, ਠੀਕ ਹੈ। ਸੋ ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਜੀ ਗਏ ਸੀ 2015 ਦੇ ਵਿੱਚ, ਅਤੇ ਲਗਭਗ 9 ਸਾਲਾਂ ਬਾਅਦ ਕੌਣ ਜਾ ਰਿਹਾ ਜੀ, ਐਸ ਜੈਸ਼ੰਕਰ ਸਾਹਿਬ ਜਾ ਰਹੇ ਨੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਜਿਹੜੀ ਮੀਟਿੰਗ ਹੈ, ਠੀਕ ਹੈ, ਉਹ ਕਿੱਥੇ ਆਉਣ ਜਾ ਰਹੀ ਹੈ, ਇਸਲਾਮਾਬਾਦ ਦੇ ਵਿੱਚ 15 ਤੋਂ ਲੈ ਕੇ 16 ਅਕਤੂਬਰ, ਰਾਈਟ। ਸੋ ਉੱਥੇ ਜਾ ਕੇ ਉਹ ਵਿਜ਼ਿਟ ਕਰਨਗੇ। ਸੋ ਇਹ ਉਹਨਾਂ ਦਾ ਹੀ ਮਾੜਾ ਟਾਈਮ ਹੈ ਕਿਉਂਕਿ ਉੱਥੇ ਬਹੁਤ ਸਾਰੇ ਲਾ ਲਓ ਵੀ ਪ੍ਰੋਟੈਸਟ ਚੱਲ ਰਹੇ ਨੇ, ਠੀਕ ਹੈ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਪਾਕਿਸਤਾਨ ਦੇ ਬਾਰੇ ਆਪਾਂ ਚਰਚਾ ਕਰਦੇ ਹਾਂ, ਤਾਂ ਪਾਕਿਸਤਾਨ ਦੀ ਕੈਪੀਟਲ ਕੀ ਹੈ ਜੀ, ਇਸਲਾਮਾਬਾਦ, ਰਾਈਟ ਹੈ। ਪਾਪੂਲੇਸ਼ਨ ਹੈ 23.58 ਕਰੋੜ, ਦੇਖੋ ਕਿੰਨੀ ਪਾਪੂਲੇਸ਼ਨ ਰਹਿੰਦੀ ਹੈ। ਆਫੀਸ਼ੀਅਲ ਲੈਂਗੁਏਜ ਉਰਦੂ ਅਤੇ ਇੰਗਲਿਸ਼ ਬੋਲੀ ਜਾਂਦੀ, ਗੌਰਮੈਂਟ ਉੱਥੇ ਫੈਡਰਲ ਰਿਪਬਲਿਕ ਹੈ, ਪਾਰਲੀਮੈਂਟਰੀ ਰਿਪਬਲਿਕ ਹੈ। ਪ੍ਰੈਜੀਡੈਂਟ ਸਾਹਿਬ ਉੱਥੇ ਕੌਣ ਨੇ, ਐਸਿਫ ਆਸਿਫ ਅਲੀ ਜ਼ਰਦਰੀ, ਅਤੇ ਜਿਹੜੇ ਕਿ ਇਸ ਤੋਂ ਬਾਅਦ ਬਣਾਏ ਗਏ ਨੇ, ਅਤੇ ਸ਼ਹਿਜ਼ਾਬ ਫਰੀਜ਼ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਸਾਹਿਬ ਨੇ। ਸੋ ਪ੍ਰੈਜੀਡੈਂਟ ਵੀ ਆ ਗਏ, ਪ੍ਰਾਈਮ ਮਿਨਿਸਟਰ ਵੀ ਆ ਗਏ, ਉਮੀਦ ਕਰਦਾ ਕਲੀਅਰ ਹੋ ਗਈ ਗੱਲ। ਅੱਗੇ ਆ ਗਿਆ ਜੀ MV ਸ਼੍ਰੇਯ ਆਮ ਕੁਮਾਰ। ਸੋ MV ਸ਼੍ਰੇਯਾਮ ਕੁਮਾਰ ਜਿਹੜੇ ਨੇ ਪ੍ਰੈਜੀਡੈਂਟ ਬਣੇ ਨੇ ਜੀ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦੇ। ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਕੀ ਚੀਜ਼ ਹੈ, ਇਹਦੇ ਬਾਰੇ ਵੀ ਡਿਸਕਸ ਕਰਾਂਗੇ, ਕਿਉਂਕਿ ਸਟੈਟਿਕ ਪੁਆਇੰਟ ਵੀ ਆਪਾਂ ਕਵਰ ਕਰਦੇ ਹੁੰਦੇ ਹਾਂ। ਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ MV ਸ਼੍ਰੇਯਾਮ ਕੁਮਾਰ ਜਿਹੜੇ ਕਿ ਮਥਰੂ ਭੂਮੀ, ਸੋ ਮਥਰੂ ਭੂਮੀ ਇੱਕ ਨਿਊਜ਼ ਪੇਪਰ ਹੈ, ਉਹਦੇ ਇਹ MD ਨੇ, ਉਹਦੇ ਮੈਨੇਜਿੰਗ ਡਾਇਰੈਕਟਰ ਨੇ। ਉਹਦਾ ਪ੍ਰੈਜ਼ੀਡੈਂਟ ਦਾ ਰੋਲ ਬਹੁਤ ਵਧੀਆ ਇਹ ਰੋਲ ਅਦਾ ਕਰਨਗੇ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦਾ, ਜਿਹਨਾਂ ਤੋਂ ਪਹਿਲਾਂ ਕੌਣ ਸੀ ਜੀ, ਰਾਕੇਸ਼ ਸ਼ਰਮਾ ਸੀਗੇ, ਹੁਣ ਕੌਣ ਹੋ ਗਏ, ਸ਼੍ਰੇਯਾਮ ਕੁਮਾਰ ਹੋ ਗਏ, ਕਲੀਅਰ ਹੈ। ਸੋ ਜੇ ਆਪਾਂ ਗੱਲ ਕਰਦੇ ਹਾਂ ਵਿਵੇਕ ਗੁਪਤਾ ਜੀ ਦੀ, ਇਹ ਸਨਮਰਗ ਵੀ ਇੱਕ ਕੀ ਹੈ ਜੀ, ਨਿਊਜ਼ ਪੇਪਰ ਹੀ ਹੈ, ਤਾਂ ਉਹਦੇ ਡਿਪਟੀ ਪ੍ਰੈਜ਼ੀਡੈਂਟ ਬਣਨਗੇ ਹੁਣ ਇਹ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦੇ। ਅਤੇ ਕਰਨ ਰਜਿੰਦਰ ਦਰਦਾ ਜੀ ਜਿਹੜੇ ਨੇ ਵਾਈਸ ਪ੍ਰੈਜ਼ੀਡੈਂਟ ਬਣਨਗੇ ਬੇਟਾ, ਅਤੇ ਮੈਰੀ ਪਾਲ ਜਿਹੜੇ ਨੇ ਉਹ ਸੈਕਟਰੀ ਜਨਰਲ ਬਣਨਗੇ, ਰਾਈਟ ਹੋ ਗਿਆ। ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਐਕਟ ਐਜ਼ ਅ ਸੈਂਟਰਲ ਆਰਗੇਨਾਈਜੇਸ਼ਨ ਆਫ ਪ੍ਰੈਸ ਇੰਡੀਆ, ਜਿਹੜੀ ਕਿ ਪ੍ਰੈਸ ਆਫ ਇੰਡੀਆ, ਸਾਡੇ ਇੰਡੀਆ ਦੀ ਜਿਹੜੀ ਵੀ ਪ੍ਰੈਸ ਹੈ, ਜਿੱਥੇ ਵੀ ਛਪਾਈ ਹੁੰਦੀ ਹੈ ਬੇਸਿਕਲੀ, ਜਿੱਥੇ ਵੀ ਜਿਵੇਂ ਆਪਾਂ ਕਹਿੰਦੇ ਕੋਲ ਨਿਊਜ਼ ਪੇਪਰ ਹੁੰਦੀ ਹੈ, ਤਾਂ ਉਹਨਾਂ ਦਾ ਇਹ ਹੈੱਡ ਆ ਗਿਆ ਇੰਡੀਅਨ ਨਿਊਜ਼ ਪੇਪਰ ਸੁਸਾਇਟੀ, ਕਲੀਅਰ। ਸੋ ਇਹਦੇ ਪ੍ਰੈਜ਼ੀਡੈਂਟ ਸਾਹਿਬ ਸੁਮੇਸ਼ ਸ਼ਰਮਾ ਜੀ ਨੇ, ਠੀਕ ਹੈ, ਅਤੇ ਆਹ ਦੇਖੋ, ਸੋਰੀ ਇੱਥੇ ਆਪਾਂ ਨੇ ਐਡ ਗਲਤ ਕਰਤਾ, ਇੱਥੇ ਸੁਮੇਸ਼ ਸ਼ਰਮਾ ਜੀ ਇਹਦੇ ਪ੍ਰੈਜ਼ੀਡੈਂਟ ਨੇ। ਫਾਊਂਡਡ 27 ਫਰਵਰੀ 1939, ਹੈੱਡਕੁਆਟਰ ਕਿੱਥੇ ਹੈ, ਰਫੀ ਮਾਰਗ ਨਿਊ ਦਿੱਲੀ, ਅਤੇ ਮੇਨ ਔਰਗਨ ਐਗਜ਼ੀਕਟਿਵ ਕਮੇਟੀ ਹੈ, ਰੀਜਨ ਸਰਵਡ ਇੰਡੀਆ ਆਜੂਗਾ, ਕਲੀਅਰ ਹੋ ਗਈ ਗੱਲ। ਅਤੇ ਇਹ ਹੁਣ ਨਵੇਂ ਬਣਨਗੇ ਜੀ ਮੈਂਬਰ, ਪ੍ਰੈਜ਼ੀਡੈਂਟ ਬਣਨਗੇ, ਠੀਕ ਹੈ। ਅੱਗੇ ਆ ਗਿਆ ਗਲੋਬਲ ਸਬਮਿਟ। ਸੋ ਗਲੋਬਲ ਸਬਮਿਟ ਦੀ ਗੱਲ ਕਰਦੇ ਹਾਂ, ਇਹ ਸਪਿਰਚੁਅਲਿਟੀ ਫਾਰ ਕਲੀਨ ਐਂਡ ਹੈਲਦੀ ਸੁਸਾਇਟੀ ਹੈਲਡ ਹੋਈ ਹੈ, ਇਹ ਕਿੱਥੇ ਹੈਲਡ ਹੋਈ ਹੈ। ਸੋ ਬੇਸਿਕਲੀ ਸਪਿਰਚੁਅਲਿਟੀ ਫਾਰ ਕਲੀਨ ਐਂਡ ਹੈਲਦੀ ਸੁਸਾਇਟੀ ਇਹ ਕੌਣ ਚਾਹੁੰਦੇ ਨੇ, ਇਹ ਬ੍ਰਹਮ ਕੁਮਾਰੀਜ਼ ਚਾਹੁੰਦੇ ਨੇ, ਠੀਕ ਹੈ। ਸੋ ਬ੍ਰਹਮ ਕੁਮਾਰੀਜ਼ ਬੇਸਿਕਲੀ ਜਿਹੜੇ ਆਪਣੇ ਰਾਜੇ ਆਹ ਨੇ ਨਾ, ਆਪਣੇ ਪ੍ਰੈਜੀਡੈਂਟ ਸਾਹਿਬ ਮੈਡਮ, ਇਹ ਵੀ ਬ੍ਰਹਮ ਕੁਮਾਰੀਜ਼ ਦੇ ਨਾਲ ਜੁੜੇ ਹੋਏ ਨੇ। ਤਾਂ ਇਹਨਾਂ ਨੇ ਵੀ ਸਪਿਰਚੁਅਲਿਟੀ ਫਾਰ ਕਲੀਨ ਐਂਡ ਹੈਲਥੀ ਸੁਸਾਇਟੀ ਨੂੰ ਐਡਰੈਸ ਕੀਤਾ, ਇਹਨਾਂ ਜਿਹੜੀ ਮੀਟਿੰਗ ਸੀਗੀ ਗਲੋਬਲ ਸਬਮਿਟ, ਰਿਕੋਗਨਾਈਜ਼ਿੰਗ ਦ ਇਨਰ ਪਾਵਰ, ਫੋਸਟਰਿੰਗ ਪਿਓਰਿਟੀ ਐਂਡ ਥੋਟਸ ਆਫ ਦ ਐਕਸ਼ਨ, ਠੀਕ ਹੈ। ਇਹਨਾਂ ਨੇ ਐਮਫਸਾਈਜ਼ ਕੀਤਾ ਇਸ ਚੀਜ਼ ਨੂੰ, ਜਿਹੜੀ ਸਬਮਿਟ ਸੀ ਉਹ ਮਾਊਂਟ ਆਬੂ ਰਾਜਸਥਾਨ ਦੇ ਵਿੱਚ ਹੋਈ, ਜਿੱਥੇ ਔਰਗਨਾਈਜ਼ ਕੀਤਾ ਗਿਆ ਕਿਹਨਾਂ ਦੁਆਰਾ, ਪ੍ਰਜਾਪਤੀ ਪਿਤਾ ਬ੍ਰਹਮ ਕੁਮਾਰੀਜ਼ ਈਸ਼ਵਰਿਆ ਵਿਸ਼ਵ ਵਿਦਿਆਲਿਆ, ਠੀਕ ਹੈ, ਜੋ ਕਿ ਕਿੱਥੇ ਹੈ ਜੀ, ਰਾਜਸਥਾਨ ਦੇ ਵਿੱਚ ਲੋਕੇਟਡ ਹੈ, ਇੱਥੇ ਔਰਗਨਾਈਜ਼ ਕੀਤਾ ਗਿਆ, ਕਲੀਅਰ ਹੋ ਗਈ ਗੱਲ। ਅੱਗੇ ਆ ਗਿਆ ਅਵਾਇਰਲ ਜੈਨ। ਸੋ ਅਵਾਇਰਲ ਜੈਨ, ਅਵਾਇਰਲ ਜੈਨ ਜਿਹੜੇ ਨੇ ਉਹ RBI ਦੇ ਨਵੇਂ ਕੀ ਬਣਨਗੇ ਜੀ, ED ਬਣਨਗੇ, ਐਗਜ਼ੀਕਟਿਵ ਡਾਇਰੈਕਟਰ ਬਣਨਗੇ, ਠੀਕ ਹੈ। RBI ਦੇ ਨਵੇਂ ED ਬਣਨਗੇ ਜੀ, ਐਗਜ਼ੀਕਟਿਵ ਡਾਇਰੈਕਟਰ ਅਵਾਇਰਲ ਜੈਨ ਜੀ। ਅਕਤੂਬਰ 1 ਤੋਂ ਇਹਨਾਂ ਦੀ ਜਿਹੜੀ ਹੈ
ਪੋਸਟ ਹੈ ਉਹ ਸਟਾਰਟ ਕਰ ਦਿੱਤੀ ਗਈ ਹੈ। ਇਹਨਾਂ ਦਾ ਜਿਹੜਾ ਕੰਮ ਕਾਰਜਕਾਲ ਆ ਉਹ ਸਟਾਰਟ ਕਰ ਲਿੱਤਾ ਗਿਆ, ਇਹ ਪੋਸਟ ਗ੍ਰੈਜੂਏਟ ਨੇ ਇਕਨੋਮਿਕਸ ਦੇ, ਕਲੀਅਰ ਹੈ। ਸੋ ਇਹ ਚੀਜ਼ ਤੁਸੀਂ ਧਿਆਨ 'ਚ ਰੱਖਣੀ ਹੈ ਅਤੇ ਇਹਨਾਂ ਦੀ ਫੰਕਸ਼ਨਿੰਗ ਵਧੀਆ ਹੋਣ ਵਾਲੀ ਅਸੀਂ ਆਪਾਂ ਗੱਲ ਕਰਦੇ ਹਾਂ ਆਰ ਬੀ ਆਈ ਦੀ ਗੱਲ ਕੀਤੀ ਹੈ। ਆਰ ਬੀ ਆਈ ਦੀ ਪਹਿਲੇ ਗਵਰਨਰ ਕੌਣ ਸੀਗੇ ਜੀ? ਇਹ ਬਹੁਤ ਇੰਪੋਰਟੈਂਟ ਹੈ, ਸਟੈਟਿਕ ਪੁਆਇੰਟ, ਓ ਸਮਿਥ ਜੀ। ਠੀਕ ਹੈ, ਓ ਸਮਿਥ ਕੌਣ ਸੀਗੇ ਜੀ? ਆਰ ਬੀ ਆਈ ਦੇ ਪਹਿਲੇ ਗਵਰਨਰ ਸੀ ਅਤੇ ਫਸਟ ਇੰਡੀਅਨ ਗਵਰਨਰ ਕੌਣ ਸੀ ਜੀ? ਸੀ ਡੀ ਦੇਸ਼ਮੁਖ। ਇਹ ਵੀ ਚੀਜ਼ ਤੁਸੀਂ ਧਿਆਨ 'ਚ ਰੱਖਣੀ ਹੈ ਜੋ ਕਿ 43 ਤੋਂ 49 ਤੱਕ ਬਣੇ ਨੇ ਅਤੇ ਲੇਕਿਨ ਜਿਹੜੇ ਇਹ ਸੀਗੇ 1935 ਤੋਂ 37 ਤੱਕ ਬਣੇ, ਕਿਉਂਕਿ ਆਰ ਬੀ ਆਈ 35 ਹੀ ਬਣਿਆ, ਰਾਈਟ। ਮਨਮੋਹਨ ਸਿੰਘ ਇਜ਼ ਦਾ ਓਨਲੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੂ ਟਿਲ ਨਾਓ ਆਲ ਹੈਜ਼ ਆਲਸੋ ਸਰਵਡ ਐਜ਼ ਅ ਗਵਰਨਰ ਆਫ ਆਰ ਬੀ ਆਈ। ਸੋ ਉਹਨਾਂ ਨੇ ਹੁਣ ਤੱਕ ਜੇ ਆਪਾਂ ਗੱਲ ਕਰਦੇ ਹਾਂ ਗਵਰਨਰ ਆਫ ਆਰ ਬੀ ਆਈ ਦਾ ਅਹੁਦਾ ਵੀ ਸੰਭਾਲਿਆ ਹੋਇਆ ਹੈ ਮਨਮੋਹਨ ਸਿੰਘ ਜੀ ਨੇ। ਐਬਲਮ ਆਫ ਆਰ ਬੀ ਆਈ ਕੀ ਹੈ ਜੀ? ਟਾਈਗਰ ਹੈ ਇੱਕ ਅਤੇ ਪਿੱਛੇ ਕੀ ਹੈ? ਪਾਮਟਰੀ। ਇਹ ਤੁਹਾਨੂੰ ਦਿਖ ਹੀ ਰਿਹਾ, ਟਾਈਗਰ ਅਤੇ ਪਾਮਟਰੀ, ਕਲੀਅਰ ਹੋ ਗਈ ਗੱਲ? ਚਲੋ ਐਮ ਸੀ ਕਿਊ 'ਤੇ ਚੱਲਦੇ ਹਾਂ। ਅਕੋਰਡਿੰਗ ਟੂ ਦ ਰੀਸੈਂਟ ਸੁਸਾਇਟੀ ਸੋਰੀ ਸਟੱਡੀ, ਓਵਰ ਐਕਸਪਲੋਟੇਸ਼ਨ ਆਫ ਹੋਸਟ ਪਲਾਂਟ ਸਪੀਸੀਜ਼ ਇਜ਼ ਇੰਡੇਂਜਰਿੰਗ ਵਿੱਚ ਗਰੁੱਪ ਆਫ ਇਨਸੈਕਟਸ ਇਜ਼ ਆ ਅਸਾਮਸ ਫੋਰੈਸਟ। ਠੀਕ ਹੈ, ਸੋ ਜੇ ਆਪਾਂ ਗੱਲ ਕਰਦੇ ਹਾਂ ਅੱਜ ਦੇ ਅਧਿਐਨ ਦੇ ਅਕੋਰਡਿੰਗਲੀ ਮੇਜ਼ਬਾਨ ਪੌਦਿਆਂ ਦੀਆਂ ਕਿਸਮਾਂ ਦਾ ਜ਼ਿਆਦਾ ਸ਼ੋਸ਼ਣ ਅਸਾਮ ਦੇ ਜੰਗਲਾਂ ਵਿੱਚ ਕੀੜੇ ਮਕੌੜਿਆਂ ਦੇ ਕਿਹੜੇ ਸਮੂਹ ਨੂੰ ਖਤਰਾ ਪਾ ਰਿਹਾ ਹੈ? ਸੋ ਬਹੁਤ ਜ਼ਿਆਦਾ ਹੋਸਟ ਪਲਾਂਟਸ ਨੇ ਜਿਹੜੇ ਉਹ ਐਕਸਪਲੋਇਟ ਕੀਤੇ ਜਾ ਰਹੇ ਨੇ ਜਿਹਨਾਂ ਉੱਤੇ ਇਹ ਰਹਿੰਦੇ ਨੇ। ਸੋ ਇਹ ਕਿਹੜੇ ਜਾਨਵਰ ਰਹਿੰਦੇ ਨੇ? ਬਟਰਫਲਾਈਜ਼ ਰਹਿੰਦੀਆਂ ਨੇ। ਸੋ ਬਟਰਫਲਾਈਜ਼ ਨੂੰ ਬਹੁਤ ਜ਼ਿਆਦਾ ਨੁਕਸਾਨ ਦੇਖਣਾ ਪਊਗਾ ਕਿਉਂਕਿ ਉਹ ਪਹਿਲਾਂ ਹੀ ਕੀ ਨੇ? ਐਂਡੇਮਿਕ ਨੇ, ਕਲੀਅਰ ਹੈ। ਸੋ ਇਹ ਚੀਜ਼ ਤੁਸੀਂ ਧਿਆਨ 'ਚ ਰੱਖਣੀ ਹੈ, ਇਹ ਪਹਿਲਾਂ ਹੀ ਐਂਡੇਮਿਕ ਨੇ। 25 ਮੈਡੀਕਲ ਹੋਸਟ ਪਲਾਂਟ ਨੇ ਇਹ ਇੰਪੈਕਟ ਕਰ ਰਹੇ ਨੇ ਇਸ ਬਟਰਫਲਾਈਜ਼ ਨੂੰ। ਠੀਕ ਹੈ, ਸੋ ਇਹਨਾਂ ਦੀ ਜਿਹੜੀ ਫੈਮਿਲੀ ਹੈ ਕਿਹੜੀ ਹੈ? ਪੈਪਿਲੀਓਨਾਇਡ ਫੈਮਿਲੀ, ਜਿਹਦੇ ਵਿੱਚ ਜੇ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ 70 ਤੋਂ ਲੈ ਕੇ 573 ਸਪੀਸ਼ੀਜ਼ ਨੇ ਜਿਹੜੀਆਂ ਇੰਡੀਆ ਦੇ ਵਿੱਚ ਪਾਈਆਂ ਜਾਂਦੀਆਂ ਨੇ। ਠੀਕ ਹੈ, ਸੋ ਇਹਨਾਂ ਨਾਲ ਨੁਕਸਾਨ ਹੋਊਗਾ ਬੇਸਿਕਲੀ ਇਹ ਜਿਹੜਾ ਨੇਚਰ ਹੈ, ਠੀਕ ਹੈ, ਇਨਵਾਇਰਮੈਂਟ ਆ ਉਹਨੂੰ ਵੀ ਬੈਲੈਂਸ ਕਰਕੇ ਰੱਖਣ 'ਚ ਬਹੁਤ ਯੋਗਦਾਨ ਦਿੰਦੀਆਂ ਨੇ। ਠੀਕ ਹੈ, ਨੈਕਸਟ ਹੈਗਾ ਰੀਸੈਂਟਲੀ ਵੇਅਰ ਵਾਸ ਦਾ ਇੰਡੀਆਜ਼ ਮੈਰੀਟਾਈਮ ਡੀਕਾਰਬਨਾਈਜੇਸ਼ਨ ਕਾਨਫਰੰਸ ਹੈਲਡ। ਸੋ ਡੀਕਾਰਬਨਾਈਜੇਸ਼ਨ ਦਾ ਮਤਲਬ ਕੀ ਹੈ? ਸੋ ਕਾਰਬਨ ਦਾ ਮਤਲਬ ਕੀ ਹੈ? ਪੋਲਿਊਸ਼ਨ, ਅਤੇ ਡੀਕਾਰਬਨਾਈਜੇਸ਼ਨ ਦਾ ਮਤਲਬ ਪੋਲਿਊਸ਼ਨ ਨੂੰ ਘੱਟ ਕਰਨਾ। ਸੋ ਇਹ ਇੱਕ ਹੋਲ ਕਾਨਫਰੰਸ ਹੈਲਡ ਹੋਈ ਹੈ ਜੀ ਨਵੀਂ ਦਿੱਲੀ ਦੇ ਵਿੱਚ। ਠੀਕ ਹੈ, ਸੋ ਬੇਸਿਕਲੀ ਜੇ ਧਿਆਨ ਦਿੱਤਾ ਗਿਆ ਰਾਜੇ ਕਿ ਇੰਪੋਰਟੈਂਸ ਆਫ ਗ੍ਰੀਨ ਸ਼ਿਪਿੰਗ ਅਤੇ ਪੋਰਟ ਓਪਰੇਸ਼ਨ ਦਾ। ਠੀਕ ਹੈ, ਅਤੇ ਕਹਿਣ ਦਾ ਮਤਲਬ ਕੀ ਹੈ? ਜਿਹੜੀ CO2 ਹੈ ਇਹ ਘੱਟ ਛੱਡੋ ਜੀ, ਤੁਸੀਂ ਕਾਰਬਨ ਘੱਟ ਛੱਡੋ, ਕਲੀਅਰ ਹੈ। ਸੋ ਰਾਈਟ, ਸੋ ਹਰਿਤ ਸਾਗਰ ਗ੍ਰੀਨ ਪੋਰਟ ਗਾਈਡਲਾਈਨਸ ਨੇ ਜਿਹੜੀਆਂ ਉਹ ਇੱਕ ਇਨੀਸ਼ੀਏਟਿਵ ਲਿਆ ਗਿਆ ਤਾਂ ਕਿ ਜਿਹੜੀ 2070 ਤੱਕ ਆਪਾਂ ਨੇ ਨੈੱਟ ਜ਼ੀਰੋ ਕਾਰਬਨ ਹੈ ਜਿਹੜੀ ਉਹ ਕਰਨੀ ਹੈ। ਕਲੀਅਰ ਬੇਟਾ? ਚਲੋ ਜੀ, ਨੈਕਸਟ ਆ ਗਿਆ, ਵਟ ਇਜ਼ ਦ ਨੇਮ ਆਫ ਦ ਨਿਊ ਸਕੀਮ ਲਾਂਚਡ ਬਾਏ ਸੈਂਟਰਲ ਗੌਰਮੈਂਟ ਟੂ ਇਨਹਾਂਸ ਦ ਯੂਥ ਇੰਪਲੋਇਮੈਂਟ ਇਨ ਦ ਇੰਡੀਆ? ਰਾਜੇ ਕਰਨਾ ਕੀ ਹੈ ਕਿ ਇੰਡੀਆ ਨੇ, ਸਾਡੀ ਸੈਂਟਰਲ ਗੌਰਮੈਂਟ ਨੇ ਕਿਹੜੀ ਨਵੀਂ ਸਕੀਮ ਲਾਂਚ ਕੀਤੀ ਹੈ ਤਾਂ ਕਿ ਜਿਹੜੇ ਆਪਣਾ ਯੂਥ ਹੈ ਉਹਨੂੰ ਉਹਦੇ ਵਾਸਤੇ ਇੰਪਲੋਇਮੈਂਟ ਜਿਹੜੀ ਹੈ ਉਹ ਜਨਰੇਟ ਕੀਤੀ ਜਾ ਸਕੇ, ਇਨਹਾਂਸ ਕੀਤੀ ਜਾ ਸਕੇ, ਠੀਕ ਹੈ, ਵਧਾਇਆ ਜਾਵੇ? ਤਾਂ ਆਜੂਗਾ ਆਨਸਰ ਇੰਟਰਨਸ਼ਿਪ ਸਕੀਮ, PM ਇੰਟਰਨਸ਼ਿਪ ਸਕੀਮ ਹੈ ਜਿਹੜੀ, ਇਹਦੇ ਵਿੱਚ ਪ੍ਰੈਕਟੀਕਲ ਐਕਸਪੀਰੀਅੰਸ ਜਿਹੜੇ ਨੇ ਉਹ ਬੱਚਿਆਂ ਨੂੰ ਕਰਾਏ ਜਾਣਗੇ ਅਤੇ ਇਹਦੇ ਵਿੱਚ 500 ਕੰਪਨੀਜ਼ ਨੇ ਜਿਹੜੀਆਂ, 500 ਕੰਪਨੀਜ਼ ਦੇ ਵਿੱਚ 1 ਕਰੋੜ ਯੂਥ ਹੈ ਜਿਹੜਾ ਉਹ ਇੰਟਰਨਸ਼ਿਪ ਲਈ ਕੰਮ ਕਰ ਸਕਦਾ ਹੈ। ਕਹਿਣ ਦਾ ਮਤਲਬ ਕੰਮ ਸਿੱਖੂਗਾ, ਸਕਿੱਲਸ ਆਉਣਗੇ ਅਤੇ ਫਿਰ ਉਹ ਅੱਗੇ ਆਪਣਾ ਕੰਮ ਵਧਾ ਸਕਦਾ ਹੈ। ਠੀਕ ਹੈ, ਰਾਈਟ। ਵਿਚ ਔਰਗਨਾਈਜੇਸ਼ਨ ਰੀਸੈਂਟਲੀ ਫੇਸਡ ਕ੍ਰਿਟੀਸਿਜ਼ਮ ਫਰੋਮ ਇੰਡੀਆ ਫੋਰ ਇਟਸ ਰਿਪੋਰਟਸ ਔਨ ਰਿਲੀਜੀਅਸ ਮਾਈਨੋਰਿਟੀ? ਬੇਟਾ, ਠੀਕ ਹੈ, ਸੋ ਧਾਰਮਿਕ ਘੱਟ ਗਿਣਤੀਆਂ ਬਾਰੇ ਆਪਣੀ ਰਿਪੋਰਟ ਲਈ ਕਿਸ ਸੰਸਥਾ ਨੂੰ ਹਾਲ ਹੀ ਵਿੱਚ ਭਾਰਤ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ? ਬੇਸਿਕਲੀ ਕੀ ਕਹਿ ਰਹੇ ਹੈ ਜੀ, ਕਿਹੜੀ ਔਰਗਨਾਈਜੇਸ਼ਨ ਇਹੋ ਜਿਹੀ ਹੈ ਜਿਹਨੇ ਇੰਡੀਆ ਤੋਂ ਕ੍ਰਿਟੀਸਿਜ਼ਮ ਨੂੰ ਫੇਸ ਕੀਤਾ, ਮਤਲਬ ਕਿ ਆਪਾਂ ਨੇ ਇੰਡੀਆ ਨੇ ਕੀ ਕੀਤਾ ਉਹ 'ਤੇ ਰੋਕ ਲਗਾਉਣ ਦੀ ਆਲੋਚਨਾ ਕੀਤੀ ਹੈ ਜੀ? ਸੋ ਕਿਹਦੀ ਆਲੋਚਨਾ ਕੀਤੀ ਹੈ ਜੀ? ਉਹ ਕੀਤੀ ਹੈ ਜੀ ਸੀ ਆਪਸ਼ਨ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ, USCIRF। ਠੀਕ ਹੈ,
ਠੀਕ ਹੈ ਜੀ। ਸੋ ਇਹ ਕੀ ਚੀਜ਼ ਹੈ ਜੀ, ਇਹ ਇੱਕ ਇੰਡੀਪੈਂਡੈਂਟ ਜਿਹੜੀ ਹੈ ਯੂ ਐਸ ਦੀ ਇੱਕ ਫੈਡਰਲ ਏਜੰਸੀ ਹੈ ਜਿਹੜੀ ਕਿ 1998 'ਚ ਬਣੀ ਸੀ ਰਾਜੇ, ਅਤੇ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਐਕਟ ਨੂੰ ਕਵਰ ਕਰਨ ਲਈ। ਇਟ ਮਾਨੀਟਰਸ ਗਲੋਬਲ ਰਿਲੀਜੀਅਸ ਫਰੀਡਮ ਵਾਇਲੈਂਸ਼ਨ, ਜਿਹੜੇ ਵੀ ਪੂਰੇ ਵਿਸ਼ਵ ਦੇ ਵਿੱਚ ਕੀ ਹੁੰਦੀਆਂ ਨੇ ਰਿਲੀਜਨ ਨੂੰ ਲੈ ਕੇ ਉਹਨਾਂ ਦੀ ਜਿਹੜੀ ਫਰੀਡਮ ਨੂੰ ਲੈ ਕੇ ਉਹਨਾਂ ਨੂੰ ਵਾਇਲੇਸ਼ਨਸ ਕੀਤੀਆਂ ਜਾਂਦੀਆਂ ਨੇ, ਤਾਂ ਉਹਨੂੰ ਇਹ ਕੀ ਕਰਦੀ ਹੈ ਜੀ, ਮੋਨੀਟਰ ਕਰਦੀ ਹੈ। ਠੀਕ ਹੈ, ਤਾਂ ਇੰਡੀਆ ਨੇ ਕੀ ਕੀਤਾ ਇਸ ਚੀਜ਼ ਨੂੰ ਲਾਈਕ ਕ੍ਰਿਟੀਸਿਜ਼ਮ ਕੀਤਾ, ਇਸ ਚੀਜ਼ ਦੀ ਆਲੋਚਨਾ ਕੀਤੀ ਹੈ। ਰੀਸੈਂਟਲੀ 9 ਕੈਪਟਿਵ ਬ੍ਰਿਡ ਪਿਗਮੀ ਹੌਕਸ, ਸੋ ਬੇਸਿਕਲੀ ਜਿਹੜੇ ਆਪਣੇ ਸੂਰ ਹੁੰਦੇ ਨੇ ਨਾ ਹੌਕਸ, ਤਾਂ ਉਹ ਕਿੱਥੇ ਪਾਏ ਗਏ ਅਤੇ ਕਿੱਥੇ ਉਹ ਰਿਲੀਜ਼ ਕੀਤੇ ਗਏ, ਉਹ ਮਾਨਸ ਨੈਸ਼ਨਲ ਪਾਰਕ ਆ ਜਿਹੜਾ ਆਸਾਮ ਦੇ ਵਿੱਚ। ਠੀਕ ਹੈ, ਸੋ ਉੱਥੇ ਜਿਹੜਾ ਕਿ 1972 ਦੇ ਵਿੱਚ ਇਹਨੂੰ ਇੰਡੇਂਜਰਡ ਸਪੀਸੀਜ਼ ਦਾ ਨਾਮ ਦਿੱਤਾ ਗਿਆ ਸੀਗਾ। ਇਹ ਇੰਡੇਂਜਰਡ ਹੈ ਜੀ, ਇਸ ਟਾਈਪ ਦੀ ਸਪੀਸੀਜ਼, ਇਹ ਛੋਟੀ ਛੋਟੀ ਹੁੰਦੀਆਂ ਨੇ, ਛੋਟੇ ਕੱਦ ਦੇ ਸੂਰ ਟਾਈਪ ਹੁੰਦੇ ਨੇ, ਛਛੁੰਦਰ ਕਹਿ ਲਓ ਜਾਂ ਸੂਰ ਕਹਿ ਲਓ, ਠੀਕ ਹੈ ਇਹਨਾਂ ਨੂੰ, ਤਾਂ ਇਹ ਹੁੰਦੇ ਨੇ, ਮੈਨੂੰ ਛਛੁੰਦਰ ਨਹੀਂ ਲੱਗਦੇ ਪਰ ਇਹ ਸੂਰ ਹੀ ਟਾਈਪ ਨੇ। ਤਾਂ ਇਹ ਮਾਨਸ ਨੈਸ਼ਨਲ ਪਾਰਕ ਆ ਜਿਹੜਾ ਆਸਾਮ ਦੇ ਵਿੱਚ ਲੋਕੇਟ ਕੀਤੇ ਗਏ ਨੇ, ਉਹਨਾਂ ਨੂੰ ਉੱਥੇ ਠਹਿਰਾਇਆ ਗਿਆ, ਠੀਕ ਹੈ, ਛੱਡਿਆ ਗਿਆ। ਲਾਸਟ ਹੋ ਗਿਆ ਕੁਸ਼ਚਨ ਆਫ ਦ ਡੇ, ਲੇਕ ਪ੍ਰੈਸਪਾ। ਸੋ ਲੇਕ ਪ੍ਰੈਸਪਾ ਜਿਹੜੀ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ, ਇਹ ਕਿਹੜੇ ਕੰਟੀਨੈਂਟ ਦੇ ਵਿੱਚ ਲੋਕੇਟਿਡ ਹੈ, ਤੁਸੀਂ ਦੱਸਣਾ ਇਹਦਾ ਆਨਸਰ, ਠੀਕ ਹੈ, ਕਮੈਂਟ ਸੈਕਸ਼ਨ 'ਚ। ਉਮੀਦ ਕਰਦਾ ਸਾਰਿਆਂ ਨੂੰ ਸੈਸ਼ਨ ਵਧੀਆ ਲੱਗਿਆ, ਅਗਰ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਮਾਈ ਵੀਡੀਓਜ਼, ਥੈਂਕ ਯੂ ਵੈਰੀ ਮੱਚ।